ਸੰਸਾਰ ਵਿੱਚ ਕੋਈ ਸਮਾਂ ਅੱਗੇ ਪਿੱਛੇ
ਉਠਤ ਬੈਠਤ ਸੋਵਤ ਜਾਗਤ ਇਹ ਮਨ ਪੁਜੈ ਕਿਰਤਾ ਕਰਦੇ ਰਹੋ ਕਿਹੜਾ ਕਰ 25 ਸਾਲ ਤੋਂ ਵਿਆਹ ਗੁਜ਼ਾਰ ਦੇ 25 ਸਾਲ ਕੰਮ ਕਰ ਹਰ ਵਕਤ ਗੁਰੂ ਅਰਜਨ ਦੇਵ ਜੀ ਨਾਲ ਹੋਰ ਸੌਖਾ ਕੀ ਮਹਾਰਾਜ ਕਹਿੰਦੇ ਨੇ ਸਾਸ ਸਾਸ ਸੁਖਰੋ ਗੋਬਿੰਦ ਮਨ ਅੰਦਰ ਕੀ ਰਹਿ ਕੇ ਨੇ ਗੁਰੂ ਜੀ ਹੋਰ ਵਚਨ ਕਰਦੇ ਨੇ ਬੈਠ ਸੋਵਤ ਨਾਮ ਕੌ ਨਾਨਕ ਜਨ ਕੇ ਸਵਰ ਕਾਮ ਭਾਵ ਉਹਨਾਂ ਨੇ ਇਸ ਉਮਰ ਨੂੰ ਪਹਿਲੀ ਉਮਰ ਨੂੰ ਅਤੇ ਦੂਜੀ ਉਮਰ 'ਚ ਬਖੇੜਾ ਨਹੀਂ ਕੀਤਾ ਸਗੋਂ ਸਿਧਾਂਤ ਅਨੁਸਾਰ ਜੀਵਨ ਜੋਗ ਦਾ ਢੰਗ ਦੱਸਿਆ ਉਹ ਜਿੱਥੇ ਕਬੀਰ ਸਾਹਿਬ ਨੇ 30 ਸਾਲ ਤੋਂ ਬਾਅਦ ਦੀ ਉਮਰ ਨੂੰ ਮੁੱਢਾ ਗਿਣ ਲਿਆ ਗੁਰੂ ਨਾਨਕ ਦੇਵ ਜੀ ਨੇ 60 ਸਾਲ ਦੀ ਉਮਰ ਨੂੰ ਮੁੱਢਾ ਗਿਣਿਆ 40 ਈਸਵੀ ਉਮਰ ਹੋਏ 85 ਪਾਠਕ ਕੇ ਸਹਿ ਸੱਚੇ ਕਹਿ ਵਡੇ ਪਾਤਾ ਜਿਹੜਾ ਕਾਲ ਭਗਵਾਨ ਹੈ ਨਾ ਬਹੁਤ ਬਲੀ ਉਹ ਕਿਸੇ ਨੂੰ ਨਹੀਂ ਛੱਡਦਾ ਬਾਣੀ ਕਹੀ ਸੀ ਬਾਰੇ ਬੂਟੇ ਤਰਨ ਹੈ ਪਈਆਂ ਤਰਨ ਕਹਿੰਦੇ ਨੌਜਵਾਨ ਨੂੰ ਜਿਹੜਾ 14-15 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਦਾ ਚਾਹੇ ਉਹ ਲੜਕਾ ਹੈ ਲੜਕੀ ਹੈ ਤਰਨ ਅਵਸਥਾ ਵਿੱਚ ਜੁਵਾ ਅਵਸਥਾ ਵਿੱਚ ਸਤਿਗੁਰ ਤੇਗ ਬਹਾਦਰ ਸਾਹਿਬ ਨੇ ਬਦਰ ਕੀਤਾ ਕਰਨਾ ਭੋਰ ਕਿਉਂ ਹੀ ਗਏ ਲਿਓ ਜਰਾ ਕੰਨ ਕੀ ਸਤਿਗੁਰ ਕਹਿੰਦੇ ਜਿਹੜਾ ਜਵਾਨੀ ਹੈ ਹਮਨੇ ਉਹ ਜਵਾਨੀ ਦੇਖੀ ਜੋ ਆਕਰ ਕੇ ਨਹੀਂ ਗਈ ਪਰ ਹਮਨੇ ਉਹ ਵਡੇਪਾ ਦੇਖਾ ਜੋ ਆਕਰ ਜਾਂਦਾ ਨਹੀਂ ਜਵਾਨੀ ਆਉਂਦੀ ਹੈ ਚਲੀ ਜਾਂਦੀ ਬਚਪਨ ਦੇ ਉੱਤੇ ਜਵਾਨੀ ਖੜੀ ਜਵਾਨੀ ਦੇ ਉੱਤੇ ਵਡੇਪਾ ਖੜਾ ਅਤੇ ਵਡੇਪੇ ਦੇ ਉੱਤੇ ਮੌਤ ਬਾਬਾ ਫਰੀਦ ਕਹਿੰਦਾ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਆਏਗੀ ਬਾਰੇ ਬੱਚੇ ਤੇ ਬੁੱਢੇ ਤੇ ਕਲ ਯੁੱਗ ਦਾ ਸਮਾਂ ਆ ਬਹੁਤ ਸਾਰੇ ਬੱਚੇ ਮਾਤਾ ਦੇ ਗਰਭ ਜੀ ਪੂਰੇ ਹੋਏ ਬਹੁਤ ਸਾਰੇ ਬੱਚੇ ਜਿਹੜੇ ਸੰਸਾਰ ਵਿੱਚ ਜਨਮ ਲੈਂਦੇ ਨੇ 2-3 ਅਣਕੋਰੇ ਲੈਂਦੇ ਨੇ ਸਾਹ ਲੈਂਦੇ ਨੇ ਮਰ ਜਾਂਦੇ ਕੋਈ 2 ਮਹੀਨੇ ਦਾ ਕੋਈ 2 ਸਾਲ ਦਾ ਕੋਈ 2 ਦਿਨ ਦਾ ਕੋਈ ਯਾਨੀ ਇਹ ਕਾਲ ਭਗਵਾਨ ਦਾ ਇੱਕ ਵਿਕਰਾਲ ਰੂਪ ਹੈ ਅਤੇ ਇੱਕ ਜੀਵ ਉਹ ਵੀ ਨਰਕ ਵਿੱਚੋਂ ਆਏ ਅਤੇ ਉਹਨੂੰ ਸੰਸਾਰ ਦੇਖਣ ਦਾ ਮੌਕਾ ਨਾ ਮਿਲੇ ਇਸ ਲਈ ਸਤਿਗੁਰ ਦੀ ਬਾਣੀ ਕਹਿ ਰਹੀ ਹੈ ਬਾਰੇ ਬੁੱਢੇ ਕਰਨਾ ਪਈ ਜਵਾਨ ਵਾਸਾ ਮਲਗਾਲ ਹੈ ਮੇਰੇ ਘਰ ਭਾਈ ਸੰਤ ਪੋਸ਼ਾ ਸਿੰਘ ਜੀ ਉਹ ਲੁੱਡਾ ਪਿੰਡ ਦੇ ਮਹੰਤ ਸੀ ਗੁਜ਼ਰ ਗਏ ਅਸੀਂ ਥੋੜ੍ਹੀ ਦੇ ਬੈਠੇ ਸੀ ਆਪ ਜੀ ਨੂੰ ਗਰੀਬ ਛਾ ਕੇ ਸਾਰੇ ਅਫਸੋਸ ਕਰਨ ਵਾਲੇ ਹੁੰਦੇ ਨੂੰ ਥੋੜ੍ਹੀ ਕਹਿ ਬੈਠੇ ਸੀ ਤੇ ਚੌਕੀਦਾਰ ਆ ਗਿਆ ਚੌਕੀਦਾਰ ਕਹਿਣ ਲੱਗਾ ਜੀ ਰਜਿਸਟਰ ਹੈ ਕਿੰਨੀ ਤਰੀਕ ਨੂੰ ਗੁਜ਼ਰੇ ਉਹਨਾਂ ਦੇ ਪਿਤਾ ਦਾ ਨਾਮ ਕੀ ਸੀ ਉਹਨਾਂ ਦਾ ਨਾਮ ਕੀ ਸੀ ਮੌਤ ਦਾ ਕਾਰਨ ਕੀ ਹੋਇਆ ਕਿੱਥੇ ਗੁਜ਼ਰੇ ਕਿਹੜੀ ਬਿਮਾਰੀ ਨਾਲ ਕਿਉਂ ਭਰਦੇ ਉਹਦੇ ਕੋਲ ਮੈਂ ਆਦਤ ਅਨੁਸਾਰ ਉਸ ਰਜਿਸਟਰ ਨੂੰ ਪੜ੍ਹਨ ਲੱਗਿਆ ਮੈਂ ਵੇਖਿਆ ਕਿਸੇ ਬੱਚੇ ਦੀ ਉਮਰ 2 ਦਿਨ ਲਿਖੀ ਕਿਸੇ ਦੀ 2 ਘੰਟੇ ਲਿਖੀ ਕਿਸੇ ਦੀ 2 ਮਿੰਟ ਲਿਖੀ ਔਰ ਕਿਸੇ ਨੂੰ ਮਰਿਆ ਲਿਖਿਆ ਤਾਂ ਮਰਿਆ ਪੈਦਾ ਹੋਇਆ ਸੰਸਾਰ ਔਰ ਕਿਸੇ ਦੀ ਉਮਰ 100 ਸਾਲ ਵੀ ਲਿਖੀ ਕਿਸੇ ਦੀ 70 ਸਾਲ ਮੈਂ ਸੋਚਿਆ ਸਤਿਗੁਰੂ ਜੀ ਨੇ ਇਸ ਮਰਨ ਦੀ ਦੁਨੀਆ ਵਿੱਚ ਉਹ ਵੱਡੀ ਗੱਲ ਤਗੜੀ ਕਹੀ ਕਿ ਬਾਰੇ ਬੂਟੇ ਤਰਨ ਪਈਆ ਸਭ ਨੂੰ ਜੰਮ ਲੈ ਕਈ ਹੈ ਉਹ ਨਹੀਂ ਵੇਖਦਾ ਇਹ ਬੱਚਾ ਹੈ ਉਹ ਨਹੀਂ ਵੇਖਦਾ ਇਹ ਜਵਾਨ ਹੈ ਉਹ ਨਹੀਂ ਵੇਖਦਾ ਇਕੱਲਾ ਮਾਂ ਦਾ ਪੁੱਤਰ ਹੈ ਉਹ ਤਾਂ ਜਦੋਂ ਮੌਤ ਆਉਂਦੀ ਹੈ ਉਹ ਸੰਸਾਰ ਕਿਉਂ ਖਤਮ ਕਰ ਦਿੰਦਾ ਕਬੀਰ ਸਾਹਿਬ ਕਹਿੰਦੇ ਮੈਂ ਕੁਝ ਵੱਡੇ ਵੱਡੇ ਲੋਕਾਂ ਬਾਰੇ ਜਾਣਦਾ ਜਿਨ੍ਹਾਂ ਦੀ ਦਵੇਰੀ ਉਮਰ ਸੀ ਜਿਨ੍ਹਾਂ ਨੇ ਕਿਲੇ ਬਣਾਏ ਔਰ ਉਹਨਾਂ ਦੇ ਕਿਰਿਆ ਵਿੱਚ ਸੌਖਾ ਜਾਇਆ ਨਹੀਂ ਸੀ ਜਾ ਸਕਦਾ ਇਹ ਸੋਰ ਠਾਕ ਕਬੀਰ ਦੀ ਬਾਣੀ ਹੈ ਲੰਕਾ ਸਾ ਕੋਲ ਸਮੁੰਦ ਸੀ ਖਾਈ ਦੱਖਣ 'ਚ ਜਾਓ ਨਾ ਦਿੱਲੀ ਜਾਓ ਲਾਲ ਕਿਲ੍ਹਾ ਦੇਖੋ ਆਗਰੇ ਦਾ ਲਾਲ ਕਿਲ੍ਹਾ ਦੇਖੋ ਉਹਨਾਂ ਕਿਲ੍ਹਿਆਂ ਵਾਲੇ ਖਾਈ ਲੱਗੀ ਜਿਹ 'ਚ ਪਾਣੀ ਭਰਿਆ ਹੁੰਦਾ ਯਾਨੀ ਦੁਸ਼ਮਣ ਇਕਦਮ ਕਿਲ੍ਹੇ ਦੀ ਕੰਧ ਦੇ ਨਾਲ ਚੜ੍ਹ ਸਕਦਾ ਤੋਂ ਮਹਾਰਾਜ ਕਹਿੰਦੇ ਜਿਹੜੇ ਕਿਲ੍ਹੇ ਦੀ ਮੈਂ ਗੱਲ ਕਰਦਾ ਕਬੀਰ ਸਾਹਿਬ ਕਹਿੰਦੇ ਜੀ ਦੀ ਮੈਂ ਗੱਲ ਕਰਦਾ ਉਹ ਲੰਕਾ ਸਾ ਵਰਗਾ ਕੋਲ ਸੀ ਕੋਲ ਮੈਂ ਕਿਲ੍ਹਾ ਲੰਕਾ ਸਾ ਕੋਲ ਸਮੁੰਦਰ ਸੀ ਖਾਈ ਉਹਦੇ ਦੁਆਲੇ ਵਾਲੇ
ਤੇਜ਼ੀ ਨਾਲ ਬੜੇ ਜੋਸ਼ ਨਾਲ ਅੰਦਰ ਵੜਿਆ। ਉਹਦੀ ਘਰ ਵਾਲੀ ਮੰਦੋਦਰੀ ਖੜੀ ਸੀ, ਦੇਖ ਰਹੀ ਸੀ ਪਤੀ ਨੂੰ ਆਉਂਦਿਆਂ। ਇੱਕ ਔਰਤ ਦੇ ਨਾਲ ਆ ਲਿਆ, ਦੋ ਚਾਰ ਪੈਰ ਤੇਜ਼ੀ ਨਾਲ ਘੁੱਟ ਕੇ ਵਿਹੜੇ ਵਿੱਚ ਆ ਗਈ ਤੇ ਹੱਥ ਜੋੜ ਕੇ ਕਹਿਣ ਲੱਗੀ, ਪਤੀ ਦੇਵ ਜੀ ਤੁਸੀਂ ਬੜੇ ਤੇਜਸਵੀ ਹੋ, ਬੜੇ ਓਜਸਵੀ ਹੋ, ਬੜੇ ਪ੍ਰਕਰਮੀ ਹੋ, ਬੜੇ ਬਹਾਦਰ ਹੋ, ਵਿਦਵਾਨ ਹੋ, ਰਾਹ ਕੰਮ ਤੁਸੀਂ ਮਾੜਾ ਕਰਿਆ ਕਿ ਅਸੀਂ ਜੀ ਔਰਤ ਨੂੰ ਆਪਣੇ ਹਰਮਾਂ 'ਚ ਲੈ ਆਏ। ਮੈਂ ਇੱਕ ਗੱਲ ਆਖਾਂ, ਕਹਿਣ ਲੱਗੇ ਕਹਿੰਦਾ ਦੱਸੋ ਕਿ ਪਤੀ ਦੇਵ ਜੀ ਤੁਹਾਡੀ ਮੌਤ ਦਾ ਕਾਰਨ ਤਦ ਮਾਰੇ ਕਿ ਮਰ ਜਾਓਗੇ ਤੁਸੀਂ ਦੇ ਖੜਾ ਹੋ ਗਿਆ। ਮਿੰਟ ਸੋਚਿਆ ਤੇ ਸੋਚ ਕੇ ਕਹਿੰਦਾ ਮਨੋਦਰੀ ਜੋ ਤੂੰ ਕਹਿੰਦੀ ਠੀਕ ਹੈ, ਪਰ ਜੇ ਮੈਂ ਇਹਨੂੰ ਆਪਣੇ ਹਰਮਾਂ 'ਚ ਨਹੀਂ ਲਿਆਉਂਗਾ ਮੇਰੀ ਮੌਤ ਨਹੀਂ ਆਈ। ਮੌਤ ਅਵਸ਼ ਮੇਵ ਆਉਣੀ ਹੈ, ਆਉਣੀ ਚਾਹੀਦੀ। ਤੁਸੀਂ ਵੇਖੋਗੇ ਕਈ ਵਾਰੀ ਐਸੇ ਬਜ਼ੁਰਗ ਨੇ ਜਿਹਨਾਂ ਨੂੰ ਬਹੁਤ ਲੰਬਾ ਸਮਾਂ ਬਿਮਾਰ ਹੋ, ਬੀਬੀ ਜੀ ਵੀ ਕਾਫੀ ਚਿਰ ਮੰਜੇ 'ਤੇ ਰਹੇ। ਸਾਡੇ ਘਰ ਦਾ ਅਫਸੋਸ ਹੈ, ਬੜੇ ਸ਼ਾਂਤ ਸੁਭਾਅ ਦੇ ਸੀ, ਬੜੇ ਚੰਗੀ ਮਾਂ ਸੀ, ਚੰਗੀ ਮਾਂ ਸੀ, ਪਰ ਸਰੀਰ 'ਚ ਉਹਨਾਂ ਨੂੰ ਕਈ ਕਿਸਮ ਦਾ ਕਿੰਨੇ ਚਿਰ ਦਾ ਤਕਲੀਫ ਨਹੀਂ। ਜਦੋਂ ਮੈਨੂੰ ਗੋਡੀ ਨੇ ਦੱਸਿਆ ਮਾਤਾ ਜੀ ਕੱਲ੍ਹ ਗੁਜ਼ਰ ਗਏ, ਪਰ ਮਨ ਥੋੜ੍ਹਾ ਜਿਹਾ ਧੱਕਾ ਲੱਗੇ। ਮੈਂ ਇਹਨਾਂ ਨਾਲ ਨਾਰਾਜ਼ ਵੀ ਹੋਏ ਨਾ, ਮੈਂ ਕਿਹਾ ਜੇ ਬਿਮਾਰ ਸੀ, ਹਾਲਾਤ ਖਰਾਬ ਸੀ, ਮੈਨੂੰ ਦੱਸਦਾ। ਜਦੋਂ ਤੁਸੀਂ ਮੈਂ ਲੈ ਗਿਆ ਫਿਰ ਮੈਨੂੰ ਦੱਸਦਾ, ਮੈਂ ਦੋ ਮਿੰਟ ਦਾ ਮੂੰਹ ਦੇਖ ਲੈਂਦਾ। ਇਹ ਨਹੀਂ ਕਿ ਹੁਣ ਮੂੰਹ ਦੇਖਿਆ ਤਾਂ ਮੈਨੂੰ ਖਾਸ ਬੋਲ ਸੀ, ਕਿਉਂਕਿ ਬੜਾ ਲੰਬਾ ਸਮਾਂ ਉਹਨੇ ਮਾਂ ਵਾਂਗ ਰੋਟੀ ਖਾਈ, ਚੁੱਲ੍ਹੇ ਲਾ ਕੇ ਉਠਾ ਕੇ ਰੋਟੀ ਖਵਾਉਂਦੇ। ਸੰਨ 1985 ਵਿੱਚ ਜਦੋਂ ਮਹਾਰਾਜ ਨੇ ਮੈਨੂੰ ਡੇਰੇ ਦੀ ਦਸਤਾਰ ਦੇ ਦਿੱਤੀ ਅਤੇ ਅੰਮ੍ਰਿਤਸਰ ਡੇਰੇ ਦੇ ਕੋਈ 26 ਕੇਸ ਚੱਲਦੇ ਸੀ ਕੋਰਟ ਵਿੱਚ, 26 ਛੇ ਛੇ ਜਾਣੀ ਤਰੀਕਾਂ ਇੱਕ ਇੱਕ ਕੋਰਟ 'ਚ ਇੱਕ ਇੱਕ ਦਿੰਦੀਆਂ ਹੁੰਦੀਆਂ ਸੀ। ਇੱਧਰ ਸੰਤ ਮਹਾਰਾਜ ਬਿਰਧ ਸੀ, ਡੇਰੇ 'ਚ ਬੰਦੇ ਵੀ ਬੜੇ ਥੋੜ੍ਹੇ ਸੀ ਅਤੇ ਮੈਂ ਸਵੇਰੇ 5 ਵਜੇ ਉੱਠ ਕੇ ਬੱਸ ਫੜਨੀ ਅੰਮ੍ਰਿਤਸਰ ਨੂੰ, ਅੰਮ੍ਰਿਤਸਰ ਤਰੀਕ ਭੁੱਖੇ ਕੋਰਟ 'ਚ, ਅਤੇ ਸ਼ਾਮ ਨੂੰ ਮੈਂ ਬਾਦ ਫਿਰ 7-8 ਵਜੇ ਡੇਰੇ ਆਉਣਾ। ਔਰ ਉਸ ਵੇਲੇ ਸਵੇਰੇ 5 ਵਜੇ ਕੋਈ ਰੋਟੀ ਪਕਾਉਣ ਵਾਲਾ ਨਹੀਂ, ਡੇਰੇ ਤਾਂ ਪ੍ਰਸ਼ਾਦਾ 9-10 ਵਜੇ ਪੁੱਜਦਾ। ਸ਼ਾਮ ਨੂੰ ਮੈਂ 7-8 ਵਜੇ ਆਉਣਾ ਉੱਤਰ ਕੇ ਬੱਸ ਤੋਂ ਅਤੇ ਡੇਰੇ ਜਾਂਦਾ, ਫਿਰ ਰੋਟੀ ਨਹੀਂ ਮੈਨੂੰ ਤਕਲੀ। ਕਹਿੰਦਾ ਮਾਤਾ ਜੀ ਨੂੰ ਕਹਿਣਾ, ਮਾਤਾ ਜੀ ਮੈਨੂੰ 2 ਰੋਟੀਆਂ ਲਾ ਦਿਓ। ਮੈਂ ਕਹਿਣਾ ਪੁੱਤਰ ਆ ਗਿਆ, ਬੇਟਾ ਆ ਗਿਆ, ਪਰ ਮੈਨੂੰ ਚੁੱਲ੍ਹੇ ਲਾ ਕੇ ਬਿਠਾ ਕੇ ਉਹਨਾਂ ਰੋਟੀਆਂ ਲਾਉਣੀਆਂ ਅਤੇ ਮੈਨੂੰ ਪਕਾ ਕੇ ਖਵਾਉਣੀ। ਸਵੇਰੇ ਵੀ ਸ਼ਾਮੇ ਵੀ ਮੈਂ ਰੋਟੀ ਖਾ ਕੇ ਬੜੇ ਪਿਆਰ, ਔਰ ਇੰਨਾ ਸੰਯੋਗ ਹੋਇਆ ਜਿਹੜਾ ਇਹਨਾਂ ਦਾ ਵੱਡਾ ਪੁੱਤਰ ਹਰਭਜਨ ਸਿੰਘ ਸੀ, ਹਰਭਜਨ ਸਿੰਘ ਅਤੇ ਹਰਕ੍ਰਿਸ਼ਨ ਸਿੰਘ ਗੋਤਾ ਵਾਲਾ ਅਤੇ ਮੈਂ ਅਰਦਾਸ, ਅਸੀਂ ਤਿੰਨਾਂ ਨੇ ਅੰਮ੍ਰਿਤ ਇਕੱਠਿਆਂ ਨੇ ਪਾਨ ਕੀਤਾ ਸੀ ਗੁਰਭਾਈ ਦੇ ਤੌਰ 'ਤੇ। ਅਤੇ ਹਰਭਜਨ ਸਿੰਘ ਇੰਨਾ ਠੰਡਾ ਸੀ, ਬਿਲਕੁਲ ਉਹਨੂੰ ਕੋਈ ਗੁੱਸਾ ਨਹੀਂ, ਬੜੇ ਮਤਲਬ ਨਾਲ ਥੋੜ੍ਹਾ ਜਿਹਾ ਬੋਲਣਾ। ਮੈਂ ਸਮਝਦਾ ਬੀਬੀ ਜੀ ਨੂੰ ਜ਼ਿਆਦਾ ਕਸ਼ਟ ਜਿਹੜਾ ਹੋਇਆ, ਬੀਬੀ ਜੀ ਨੇ 4 ਪੁੱਤਰਾਂ ਨੂੰ ਜਨਮ ਦਿੱਤਾ, 4 ਪੁੱਤਰਾਂ ਨੂੰ, ਇੱਕ ਪੁੱਤਰ ਦਾ ਨਾਲ ਬਹੁਤ ਛੋਟੀ ਉਮਰ 'ਚ ਹੁਣ ਯਾਦ ਹੈ ਉਹ ਕੋਠੇ ਤੋਂ ਡਿੱਗ ਕੇ ਪੂਰਾ ਹੋ ਗਿਆ, ਪਰ ਜਿਹੜੇ 2 ਪੁੱਤਰ ਗਏ ਸ਼ੇਰ ਜਵਾਨ ਤਗੜੇ, ਖਾਸ ਕਰਕੇ ਜਿਹੜਾ ਮਨਜੀਤ ਸਿੰਘ ਗੁਜ਼ਰਿਆ ਬੜਾ ਤਗੜਾ ਜਵਾਨ ਸੀ, ਮਾਂ ਦੇ ਸਾਹਮਣੇ ਪੁੱਤਰ ਚਲਾ ਜਾਏ ਮਾਂ ਜਰ ਨਹੀਂ ਸਕਦੀ। ਸੰਸਾਰ ਦੇ ਦਰਖਤ ਜੜ ਕੱਟਦੇ ਉਹ ਸੁੱਕਦੇ ਨੇ, ਪਰ ਮਾਂ ਦਾ ਪੁੱਤਰ ਮਰ ਜਾਏ, ਮਾਂ ਦੀ ਧੀ ਮਰ ਜਾਵੇ ਅੱਖਾਂ ਸਾਹਮਣੇ, ਇਹ ਮਾਂ ਬੂਟਾ ਸੁੱਕ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਗੁਰਮਤ ਸਾਹਿਬ ਦੀ ਪਵਿੱਤਰ ਧਰਤੀ ਦੇ ਵਡੇਰੀ ਉਮਰ ਹੈ, 80-84 ਸਾਲ ਦੀ ਉਮਰ ਹੋ ਗਈ, ਉੱਠਦੇ ਨੇ, ਇਸ਼ਨਾਨ ਕਰਦੇ ਨੇ, ਸਰੀਰ ਬਿਰਧ ਹੈ, ਉੱਥੇ ਮਕਾਨ 'ਚ ਅਜੇ ਵੀ ਇੱਕ ਕੀਲੀ ਹੈ, ਤੁਸੀਂ ਕਦੇ ਜਾਓਗੇ ਉਹ ਕੀਲੀ 'ਚ ਉਹ ਕੰਧ ਨਾਲ ਹੈ, ਮਹਾਰਾਜ ਉਹਦੇ ਨਾਲ ਕੀਲੀ ਨੂੰ ਫੜ ਕੇ ਖੜੇ ਹੋ ਕੇ ਪਰਮੇਸ਼ੁਰ ਦਾ ਨਾਮ ਜਪਦੇ। ਅੱਜ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਜਦੋਂ ਜਾਪ ਕਰਨ ਲੱਗੇ ਪ੍ਰਭੂ ਨਾਲ ਜੁੜੇ, ਸੁਰਤੀ ਜੁੜੀ,
ਤੇ ਉਹਨਾਂ ਦੇ ਮਕਾਨ ਦੇ ਪਿਛਲੇ ਪਾਸਿਓ ਕਿਸੇ ਔਰਤ ਦੀ ਬੜੀ ਕਰਨਾਮਈ ਆਵਾਜ਼ ਰੋਣ ਦੀ ਆਵਾਜ਼ ਆਈ। ਇੱਕ ਵਾਰ ਆਵਾਜ਼ ਆਈ, ਦੂਜੀ ਵਾਰ ਆਈ। ਮਹਾਰਾਜ ਗੁਰੂ ਅਮਰਦਾਸ ਜੀ ਉਸ ਆਵਾਜ਼ ਨੂੰ ਸੁਣ ਰਹੇ, ਬਿਰਤੀ ਉਖੜ ਗਈ। ਵਾਰ ਵਾਰ ਬਿਰਤੀ ਭਜਨ 'ਚ ਜੋੜ ਰਹੇ ਨੇ ਪਰ ਨਹੀਂ ਜੋੜ ਰਹੇ। ਅਖੀਰ ਸੇਵਾਦਾਰ ਨੂੰ ਆਵਾਜ਼ ਮਾਰੀ, ਕਹਿ ਲੱਗਿਆ ਗੁਰਮੁਖਾ ਕਿ ਆਈ ਹੋਈ। ਹਾਂ, ਆਦੇ ਗਰੁੰਡ ਦੀ ਆਵਾਜ਼ ਕਿੱਥੋਂ ਆ ਰਹੀ? ਕੌਣ ਰੋ ਰਿਹਾ? ਕਿਤਨੀ ਕਰਨਾਮਈ ਆਵਾਜ਼ ਹੈ, ਕਿਤਨੀ ਦੁੱਖ ਭਰੀ ਆਵਾਜ਼ ਹੈ। ਕਦੇ ਤੁਸੀਂ ਵੇਖਣਾ ਕੌਆ ਡਿੱਗ ਜਾਏ ਨਾ, ਕੌਆ ਸੱਤ ਲੱਗ ਕੇ ਥੱਲੇ ਡਿੱਗ ਜਾਏ, ਕੋਈ ਇੱਕੋ ਵਾਰੀ ਕੁਛ ਬੋਲੀ ਬੋਲਦਾ, ਪੰਜ ਸੱਤ ਕੌਵੇ ਬੋਲਦੇ, ਇੱਕਦਮ ਸੈਂਕੜੇ ਦੀ ਗਿਣਤੀ 'ਚ ਕੌਵੇ ਇਕੱਠੇ ਹੋ ਜਾਂਦੇ, ਉਹਨਾਂ ਦੀ ਬੋਲੀ 'ਚ ਫਰਕ ਹੈ। ਜਿਹੜੀ ਮਨੁੱਖ ਦੀ ਕਰਨਾਮਈ ਆਵਾਜ਼ ਹੈ ਰੋਣ ਦੀ, ਗੁਰੂ ਅਮਰਦਾਸ ਮਹਾਰਾਜ ਦਾ ਜਿੱਦਾਂ ਵਾਲਾ ਨਰਮ ਸੀ, ਔਰ ਪਛੇਮਾਨ ਹੋ ਗਏ, ਬੇਟੀ ਨਹੀਂ ਜੁੜ ਰਹੀ। ਸੇਵਾਦਾਰ ਨੂੰ ਭੇਜਿਆ, ਵੇਖ ਕੇ ਆ। ਸੇਵਾਦਾਰ ਗਿਆ, ਆਣ ਕੇ ਦੱਸਿਆ, ਕਹਿੰਦੇ ਮਹਾਰਾਜ ਜਿਹੜੀ ਸਾਡੇ ਪਿਛਲੇ ਗਲੀ ਦੇ ਵਿੱਚ ਇੱਕ ਬਿਰਧ ਬ੍ਰਾਹਮਣੀ ਰਹਿੰਦੀ ਔਰ ਉਹ ਬੇਵਾ ਵਿਧਵਾ, ਉਹਦਾ ਇੱਕੋ ਇੱਕ ਬੱਚਾ ਸੀ, ਉਹਦੀ ਮੌਤ ਹੋ ਗਈ। ਮਹਾਰਾਜ ਦੇ ਅੱਖਾਂ 'ਚ ਨੇਤਰਾਂ 'ਚ ਪਾਣੀ ਆ ਗਿਆ। ਅੱਛਾ, ਉਹ ਮਾਤਾ ਦੇ ਰੋਣ ਦੀ ਆਵਾਜ਼। ਗੁਰੂ ਅਮਰਦਾਸ ਮਹਾਰਾਜ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦੇ ਹੇ ਪ੍ਰਭੂ, ਹੇ ਈਸ਼ਵਰ, ਜਦ ਤੱਕ ਮੇਰਾ ਸਰੀਰ ਵਿਰਧ ਸਰੀਰ ਗੋਦਵਾਲ ਸਾਹਿਬ ਦੀ ਧਰਤੀ 'ਤੇ ਹੈ, ਉਹਨੇ ਸਮੇਂ ਤੱਕ ਕਿਸੇ ਵਿਰਧ ਮਾਂ ਦਾ ਪੁੱਤਰ ਨਾ ਗੁਜ਼ਰੇ। ਬੜੀ ਔਖੀ ਗੱਲ, ਸੰਸਾਰ ਦੇ ਬੜੇ ਬੜੇ ਲੋਕ ਜੁੜ ਜਾਂਦੇ ਨੇ ਪਰ ਧੰਨ ਮਾਤਾ ਅਮਰ ਕੌਰ, ਇੱਕ ਗਿਆ, ਦੋ ਗਏ, ਤਿੰਨ ਗਏ, ਫਿਰ ਵੀ ਲੰਬਾ ਸਮਾਂ ਨੇ ਬੜਾ ਦੁੱਖ ਭਰਿਆ ਜੀਵਨ ਦੇਖਿਆ। ਔਰ ਮੈਂ ਸਮਝਦਾ ਜੇ ਪਰਿਵਾਰਕ ਤੌਰ 'ਤੇ ਮੇਰਾ ਸੰਬੰਧ ਇੰਨਾ ਸੀ, ਮੇਰੀ ਹਰਭਜਨ ਸਿੰਘ ਮੇਰੇ ਗੁਰਭਾਈ ਸੀ, ਤਾਂ ਦੂਸਰੇ ਪਾਸੇ ਵੀ ਇੱਕ ਬੜਾ ਵੱਡਾ ਨਾਤਾ ਆਇਆ। ਸੰਤ ਬਾਬਾ ਹਮੀਰ ਸਿੰਘ ਜੀ ਜਿਹੜੇ ਮੇਰੇ ਦਾਦਾ ਗੁਰੂ ਨੇ, ਉਹ ਭਾਈ ਗੁਰਬਚਨ ਸਿੰਘ ਦੇ ਵੀ ਦਾਦਾ ਜੀ ਸਨ। ਬਾਬਾ ਨਾਰਾਇਣ ਸਿੰਘ ਦੇ ਚਾਚਾ ਜੀ ਸਨ ਲੋਕ ਸੰਤ ਬਾਬਾ ਹਮੀਰ ਸਿੰਘ, ਔਰ ਹਮੀਰ ਸਿੰਘ ਜੀ ਮਹਾਰਾਜ ਇਸੇ ਖਾਨਦਾਨ ਵਿੱਚੋਂ ਸੀ। ਬੜੇ ਬੀਤਰਾ ਮਹਾਂਪੁਰਸ਼ ਨੇ, ਬੰਦਗੀ ਵਾਲੇ ਹੋਏ, ਤਪੱਸਵੀ ਹੋਏ, ਔਰ ਚਾਰ ਚਾਰ ਪੰਜ ਪੰਜ ਘੰਟੇ ਕਦੇ ਇੱਕ ਪੈਰ ਭਾਰ ਕੇ ਦੂਜੇ ਭਾਰ ਖੜੇ ਹੋ ਕੇ ਬੰਦਗੀ ਕਰਦੇ। ਚਲੋ, ਇਹ ਸੰਸਾਰ ਜਾਣ ਵਾਲਾ, ਸੁਵੀਰ ਸਾਹਿਬ ਕਹਿ ਰਹੇ ਮੈਂ ਉਹਨਾਂ ਲੋਕਾਂ ਨੂੰ ਜਾਣਨਾ, ਲੰਕਾ ਸਾ ਕੋਟ ਸਮੁੰਦਰ ਸੀ ਖਾਈ ਤੇ ਰਾਵਣ ਘਰ ਖਬਰ ਨਾ ਪਾਈ। ਇੱਕ ਲੱਖ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਪਾਈਆ। ਫਿਰ ਪੰਡਿਤ ਗੁਲਾਬ ਸਿੰਘ ਜੀ ਨੇ ਇੱਕ ਛੋਟਾ ਜਿਹਾ ਭਾਵਤ ਸਾਮਰਤ ਨਾਂ ਦਾ ਗ੍ਰੰਥ ਲਿਖਿਆ, ਉਹਦੇ 'ਚ ਇੱਕ ਉਹ ਕਵਿਤ ਲਿਖਦੇ ਨੇ, ਬੜਾ ਸਾਰਥਕ ਹੈ। ਬੇਸ਼ੱਕ ਉਹਦੇ 'ਚ ਹਿੰਦੂ ਥਿਓਲੋਜੀ ਹੈ ਪਰ ਇੱਕ ਗੱਲ ਜ਼ਰੂਰ ਸਿੱਧ ਕਰਦੇ ਨੇ, ਫਿਰ ਸੰਸਾਰ ਦੇ ਵਿੱਚ ਕੋਈ ਸੁਥੇਰ ਰਹਿਣ ਵਾਲਾ ਨਹੀਂ। ਐਵਰੀਥਿੰਗ ਇਜ਼ ਪੈਰਿਸ਼ਿੰਗ, ਹਰ ਚੀਜ਼ ਨਾਸ਼ਵਾਨ ਹੈ, ਕੋਈ ਸੁਥੇ ਰਹਿਣ ਵਾਲੀ ਨਹੀਂ। ਪੰਡਿਤ ਜੀ ਕਹਿੰਦੇ ਨੇ ਜਿਨ ਕੇ ਰੱਥ ਨੇਮ ਦਰਾਰਨ ਤੇ ਸੱਤ ਸਾਗਰ ਹੈ ਅਬ ਲੋ ਜਗਵਾਨ, ਜਿਨ ਕੇ ਪਰ ਚੰਪਨ ਗੋਸਨ ਤੇ ਸਭ ਸੈਲ ਬਟੋਰ ਧਰੇ ਧਰਮਾਂ ਹੀ, ਸੁਰ ਰਾਜ ਜਿੱਤੇ ਜਿਨ ਕੇ ਬਲ ਤੇ। ਸੁਰ ਦੇਵਤਿਆਂ ਦਾ ਰਾਜਾ ਇੰਦਰ, ਉਹ ਰਾਵਣ ਦੇ ਪੁੱਤਰ ਮੇਘਨਾਥ ਨੂੰ ਜਿੱਤ ਕੇ ਪਕੜ ਕੇ ਲੰਕਾ ਚਲਿਆ, ਔਰ ਇੰਦਰਜੀਤ ਨਾਂ ਦਾ ਪੈ ਗਿਆ ਵੀ ਇੰਦਰ ਨੂੰ ਜਿੱਤਣ ਵਾਲਾ ਮੇਘਨਾਥ ਇੰਦਰਜੀਤ ਬਣੋ। ਕਹਿੰਦੇ ਸੁਰ ਰਾਜ ਜਿੱਤੇ ਜਿਨ ਕੇ ਬਲ ਤੇ, ਜਮਰਾਜ ਡਰੇ ਜਿਨ ਕੇ ਬਲ ਮਾਹੀ, ਮਨ ਤੇਜਕ ਭੀਤਰ ਰਾਹੇ। ਐਸੇ ਲੋਕ ਬਲ ਵਾਲੇ, ਸ਼ਕਤੀ ਵਾਲੇ, ਉਹ ਵੀ ਸੰਸਾਰ 'ਚ ਨਹੀਂ ਰਹੇ। ਫਿਰ ਪਤਾ ਕੀ ਕਹਿੰਦੇ, ਕਹਿੰਦੇ ਆਪ ਔਰ ਕੀ ਬਾਤ ਕਹੋ ਤੋਂ ਮਾਹੀ, ਸਾਡੇ ਤੁਹਾਡੇ ਵਰਗਿਆਂ ਦੀ ਤਾਂ ਕੋਈ ਕੀਮਤ ਨਹੀਂ। ਰਾਜਾ ਭਰਸਰੀ ਚੜ੍ਹਦੀ ਉਮਰ ਹੈ, 22-23 ਸਾਲ ਦਾ ਲੜਕਾ, ਰਾਜਕੁਮਾਰ ਹੈ, ਰਾਜ ਦਰਬਾਰ 'ਚ ਪੈਦਾ ਹੋਇਆ, ਬੜਾ ਸੁੰਦਰ ਹੈ, ਬਹੁਤ ਜਵਾਨ। ਸਵੇਰੇ ਉੱਠ ਕੇ ਨਹਾਉਣ ਲੱਗਾ,
ਮਾਤਾ ਜੀ ਉੱਪਰ ਅੰਬਾਰੀ 'ਚ ਬੈਠੇ ਨੇ, ਕੱਪੜੇ ਉਤਾਰੇ। ਜਦੋਂ ਕੱਪੜੇ ਉਤਾਰ ਕੇ ਇਸ਼ਨਾਨ ਕਰਨ ਲੱਗਿਆ ਤੇ ਮਾਤਾ ਨੇ ਆਪਣੇ ਪੁੱਤਰ ਨੂੰ ਵੇਖਿਆ। ਮਾਂ ਬੜੀ ਖੁਸ਼ ਹੋਈ, ਮੇਰਾ ਪੁੱਤਰ ਕਿੰਨਾ ਜਵਾਨ ਹੈ, ਕਿੰਨਾ ਸੋਹਣਾ ਹੈ, ਅੱਜ ਮੇਰਾ ਪੁੱਤਰ ਕਿੰਨੀ ਉਮਰ ਦਾ ਹੋ ਗਿਆ। ਕਬੀਰ ਸਾਹਿਬ ਕਹਿੰਦੇ ਮਾਂ ਵਿਚਾਰੀ ਭੋਲੀ ਹੈ, ਬੱਚੇ ਆਪਣੇ ਦੀ ਉਮਰ ਪੁੱਠੀ ਗਿਣਤੀ ਵਿੱਚ ਕਰਦੀ ਹੈ। ਕਹਿੰਦੀ ਮੇਰਾ ਅੱਜ ਬੱਚਾ 20 ਸਾਲ ਦਾ ਹੋ ਗਿਆ, ਜਵਾਨ ਹੈ, ਵਿਚਾਰੀ ਭੋਲੀ ਹੈ, ਜਾਣਦੀ ਨਹੀਂ 20 ਸਾਲ ਦਾ ਹੋਇਆ ਨਹੀਂ, ਪਰ 20 ਸਾਲ ਦੀ ਉਮਰ ਚੋਂ ਕੱਟ ਗਏ, 20 ਸਾਲ ਬੀਤ ਗਏ ਨੇ, ਹੈਂ ਅੱਜ 15 ਸਾਲ ਦੇ ਨੇ, 15 ਸਾਲ ਦੀ ਉਮਰ ਚੋਂ ਚਲੇ ਗਏ। ਮਾਂ ਨੇ ਵੇਖਿਆ ਉਹਦੀ ਬਾਤ, ਬੜੀ ਖੁਸ਼, ਪਰ ਦੂਜੇ ਪਲ ਉਹਨੂੰ ਆਪਣੇ ਪਤੀ ਦੀ ਯਾਦ ਆ, ਕਹਿੰਦੀ ਕਿ ਮੇਰਾ ਪੁੱਤਰ ਜਵਾਨ ਹੈ, ਸੋਹਣਾ ਹੈ, ਵੀਰ ਹੈ, ਬਹਾਦਰ ਹੈ, ਪਰ ਇਹਦਾ ਪਿਤਾ ਤਾਂ ਇਹਦੇ ਨਾਲ ਵੀ ਜ਼ਿਆਦਾ ਸੋਹਣਾ ਸੀ, ਇਹਦੇ ਨਾਲ ਵੀ ਜ਼ਿਆਦਾ ਬਹਾਦਰ ਸੀ, ਇਹਦੇ ਨਾਲ ਵੀ ਜ਼ਿਆਦਾ ਤਾਜੀ ਸੀ। ਪਰ ਹੋਇਆ ਕਿ ਕਾਲ ਭਗਵਾਨ ਦੀ ਇੱਕ ਫੇੜ ਲੱਗੀ, ਸਦਾ ਲਈ ਸੰਸਾਰ ਚੋਂ ਅਲੋਪ ਹੋ ਗਈ। ਬਸ ਇਹ ਗੱਲ ਚੇਤੇ ਕਰਕੇ ਮਾਤਾ ਦੇ ਬੜੇ ਬੜੇ ਮੋਟੇ ਹੰਝੂ ਅੱਖਾਂ 'ਚੋਂ ਨਿਕਲੇ। ਗੋਪੀ ਚੰਦ ਨੇ ਦੇਖਿਆ ਕਿ ਮਾਤਾ ਮੇਰੀ ਹੰਝੂ ਪੁੰਜ ਰਹੀ ਹੈ, ਕੀ ਗੱਲ ਹੈ, ਨਹਾਉਣਾ ਛੱਡ ਦਿੱਤਾ, ਉੱਪਰ ਗਿਆ, ਮਾਂ ਨੂੰ ਮੱਥਾ ਟੇਕਿਆ, ਬੈਠ ਗਿਆ। ਕਹਿੰਦਾ ਮਾਂ ਜੀ ਦੱਸੋ ਤੁਸੀਂ ਰੋਏ ਕਿਉਂ, ਦੁਖੀ ਕਿਉਂ, ਮੇਰੇ ਰਾਜ ਵਿੱਚ ਤੁਹਾਨੂੰ ਕੋਈ ਤੰਗ ਕਰਦਾ? ਕਿਹਾ ਨਹੀਂ ਪੁੱਤ, ਮੈਂ ਬਿਲਕੁਲ ਸੁਖੀ, ਕੋਈ ਮੈਨੂੰ ਤੰਗੀ ਨਹੀਂ, ਕੋਈ ਦੁੱਖ ਨਹੀਂ। ਪਰ ਫਿਰ ਤੁਹਾਡੀ ਅੱਖਾਂ ਜੰਝੂ ਕਿਉਂ ਆਏ? ਨਹੀਂ ਬੇਟਾ ਕੁਛ ਨਹੀਂ, ਅਫਸੋਸ ਹੈ, ਅੱਜ ਮਾਂ ਦੇ ਹੰਝੂ ਪੁੰਜਣ ਵਾਲਾ ਕੋਈ ਨਹੀਂ। ਮਾਂ ਦੇ ਹੰਝੂ ਆਣ ਕੇ ਸੁੱਕ ਜਾਣ, ਪਰ ਪੁੱਤ ਨੂੰ ਪੁੱਛ ਕੇ ਤਿਆਰ ਨਹੀਂ ਹੈ, ਬੇਟੀ ਨੂੰ ਮਾਂ ਕੀ ਕਰੇ। ਵੱਡੇ ਵੱਡੇ ਘਰਾਂ 'ਚ ਹੋਏ, ਪਰ ਜਿਹਨਾਂ ਘਰਾਂ ਵਿੱਚ ਮਾਂ ਦੀ ਪੂਜਾ, ਪਿਤਾ ਦੀ ਸੇਵਾ, ਮੈਂ ਸਮਝਦਾ ਰੱਜ ਰੱਬ ਲਾਗੇ ਵਾਧਾ ਜੋ ਨਹੀਂ ਹੈ। ਮੈਨੂੰ ਯਾਦ ਹੈ ਮੈਂ ਅਮੈਰੀਕਾ ਦੇ ਸ਼ਹਿਰ ਵਿੱਚ ਮਿਸ਼ੀਗਨ 'ਚ ਠਹਿਰਿਆ ਸੀ, ਉੱਥੇ ਇੱਕ ਪਰਿਵਾਰ ਡਾਕਟਰ, ਉਹਦੇ ਘਰ ਵਾਲੀ ਵੀ ਚੰਗੇ ਸਕੂਲ ਦੀ ਪੜ੍ਹੀ, ਹਾਈ ਹਾਈ ਕੁਆਲੀਫਾਈਡ, ਔਰ ਉਹਦੇ ਵਿੱਚ ਛੋਟੀ ਜਿਹੀ ਬੱਚੀ, ਉਹਨਾਂ ਦੀ ਮਾਂ ਨਾਲ ਕੋਲ ਗਈ ਸੀ, ਸਾਰਾ ਕੰਮ ਨਿਬੇੜ ਕੇ ਮਾਤਾ ਸੋਫੇ 'ਤੇ ਬੈਠੀ ਹੈ, ਬਹੂ ਉਹ ਡਾਕਟਰ ਜਿਹੜਾ ਸੀ ਨਾ ਉਹ ਆ ਗਏ, ਇੱਕ ਨਾ ਇੱਕ ਮਾਤਾ ਦਾ ਪੈਰ ਪਕੜ ਲਿਆ, ਦੂਜੇ ਨੇ ਦੂਜਾ ਪਕੜਿਆ, ਉਹ ਉੱਠ ਰਹੇ ਨੈਣਾ ਭਰੇ। ਮਾਤਾ ਕਹਿੰਦੀ ਬੇਟਾ ਮੈਂ ਥੱਕੀ ਨਹੀਂ, ਮੈਂ ਆਰਾਮ ਨਾਲ ਬੈਠੀ, ਕਦੇ ਨਹੀਂ ਮਾਂ ਸਾਨੂੰ ਸੇਵਾ ਕਰਨ ਦਾ ਮੌਕਾ ਦੇ। ਥੋੜ੍ਹੇ ਚਿਰ ਬਾਅਦ ਮਾਂ ਕਹਿੰਦੀ, ਮੈਨੂੰ ਕਹਿਣ ਲੱਗੀ ਬਾਬਾ ਜੀ ਇਹਨਾਂ ਨੂੰ ਸਮਝਾਓ। ਮੈਂ ਕਿਹਾ ਮਾਤਾ ਸਮਝਣ ਵਾਲੀ ਗੱਲ ਨਹੀਂ, ਸਗਾ ਸਮਝੇ ਹੋਏ ਨੇ, ਤੂੰ ਇਹਨਾਂ ਨੂੰ ਆਸ਼ੀਰਵਾਦ ਦੇ, ਤੇਰੇ ਬੱਚੇ ਚੰਗੇ ਆ, ਤੇਰੀ ਬਹੂ ਚੰਗੀ ਹੈ, ਤੇਰੀ ਸੇਵਾ ਕਰ ਰਹੇ ਨੇ, ਅੱਜ ਤੱਕ ਉਹ ਪਾਣੀ ਦੇਣ ਨੂੰ ਤਿਆਰ ਨਹੀਂ। ਆਪਣੇ ਇੱਕ ਦਿਨ ਮੈਨੂੰ ਬੰਦਾ ਦੱਸ ਰਿਹਾ ਸੀ, ਇੱਕ ਨੌਜਵਾਨ ਮੁੰਡਾ ਪੂਰਾ ਤਿਆਰ ਨਾਲ ਤਿਆਰ ਹੋ ਕੇ ਅੰਦਰੋਂ ਨਿਕਲਿਆ ਅਤੇ ਬਾਹਰ ਨੂੰ ਜਾ ਰਿਹਾ, ਰਾਹ ਵਿੱਚ ਬਾਪ ਬੈਠਾ, ਕਹਿੰਦਾ ਪੁੱਤਰ ਮੈਨੂੰ ਥੋੜ੍ਹਾ ਪਾਣੀ ਪਿਲਾ ਦੇ। ਕਹਿੰਦਾ ਉੱਠ ਕੇ ਆਪੇ ਪੀ ਲਈ, ਹੈਗਾ ਪਾਣੀ ਫੇਰਾ ਪਿਆ, ਮੇਰੇ ਕੋਲ ਨਹੀਂ ਟਾਈਮ ਪਿਆਉਣ ਦਾ, ਚਲਾ ਗਿਆ। ਜਦੋਂ ਮੁੰਡੇ ਦੀ ਮਾਂ ਨਿਕਲੀ ਨਾ ਬਾਹਰ, ਉਹ ਮਾਂ ਉਹਦੀ ਮਾਂ ਨੂੰ ਪੁੱਛਦਾ, ਆਪਣੀ ਘਰਵਾਲੀ ਨੂੰ ਪੁੱਛਦਾ, ਬਜ਼ੁਰਗ ਮੁੰਡਾ ਕਿੱਥੇ ਨੂੰ ਗਿਆ? ਕਹਿੰਦੀ ਉਹ ਸ਼ਬੀਰ ਲੱਗੀ ਹੈ ਸੜਕ 'ਤੇ, ਅਤੇ ਸ਼ਬੀਰ 'ਚ ਪਾਣੀ ਬਣਾਉਣ ਗਿਆ ਲੋਕਾਂ ਨੂੰ। ਭਾਈ ਲੋਕਾਂ ਨੂੰ ਪਾਣੀ ਤਾਂ ਗੱਡੀਆਂ ਘੇਰ ਘੇਰ ਕੇ ਮੋਹਰ ਕੇ ਖੜੇ ਹੋ ਕੇ ਪਿਲਾਉਂਦਾ, ਪਰ ਪਿਓ ਨੂੰ ਗੁਲਾਸ ਦਾ ਪਾਣੀ ਨਹੀਂ ਦੇਣਾ। ਪਤਾ ਨਹੀਂ ਇਹ ਬਿਰਤੀ ਕਿਉਂ ਆਈ। ਸਾਡੇ ਗੁਰੂ ਸਾਹਿਬ ਨੇ ਕਿਹਾ ਗੁਰਦੇਵ ਮਾਤਾ ਗੁਰਦੇਵ ਪਿਤਾ। ਮਾਈਓ ਬੀਬੀਓ ਬਜ਼ੁਰਗੋ ਭੈਣ ਭਰਾ, ਇੱਕ ਗੱਲ ਯਾਦ ਰੱਖੋ, ਜਿਹਦੇ ਘਰ ਵਿੱਚ ਮਾਂ ਜਿਉਂਦੀ ਹੈ, ਚਾਹੇ ਬਿਰਧ ਹੈ ਚਾਹੇ ਕੁਛ ਵੀ ਹੈ, ਮੈਂ ਸਮਝਦਾ ਇੱਕ ਰੱਬ ਉਹਨਾਂ ਦੇ ਘਰ ਬੈਠਾ ਹੋਇਆ, ਪਰ ਪਿਤਾ ਰੱਬ ਬੈਠਾ ਹੋਇਆ, ਮਾਤਾ ਪਿਤਾ ਦੀ ਸੇਵਾ ਪਹਿਲਾਂ ਠੀਕ ਹੈ। ਗੁਰਦੁਆਰੇ ਜਾਣਾ, ਗੁਰਬਾਣੀ ਪੜ੍ਹਨੀ, ਗੁਰੂ ਸ਼ਬਦ ਪੜ੍ਹਨਾ, ਗੁਰੂ ਸ਼ਬਦ ਨੂੰ ਚੇਤਕ ਚਿੰਤਨ ਕਰਨਾ, ਗੁਰੂ ਨਾਲ ਆਰਾਧਨਾ, ਉਹ ਸਾਡੀ ਮੁਕਤੀ ਦਾ ਕਾਰਨ ਹੈ, ਪਰ ਮਾਤਾ ਪਿਤਾ ਦੀ ਸੇਵਾ ਸਭ ਤੋਂ ਉੱਚ। ਵੀਰਵਾਨ ਦੀ ਅਖਬਾਰ ਬੈਠੇ
ਵੀਰਵਾਰ ਕਹਿੰਦਾ ਜਾ ਆਪਣਾ ਅੱਜ ਕਈ ਦਿਨ ਹੋ ਗਏ ਫਿਰ ਤੂੰ ਮਾਤਾ ਨੂੰ ਗੁਜ਼ਰਿਆ ਅਤੇ ਤੁਸੀਂ ਇੰਨੇ ਅਫਸੋਸ ਵਿੱਚੋਂ ਰਾਮ ਭਾਜ ਨੂੰ ਸਮਝਦੇ ਨਹੀਂ ਮਾਤਾ ਫਿਰ ਤੁਸੀਂ ਉਹਨੇ ਜਾਣਾ ਹੀ ਸੀ ਸੰਸਾਰ 'ਚ ਅਤੇ ਤੁਸੀਂ ਜਰਾ ਕਿਰਤ ਕਰੋ ਰਾਜਭਾਗ ਸੰਭਾਲੋ ਅਕਬਰ ਕਹਿੰਦਾ ਵੀਰਵਾਰ ਤੂੰ ਠੀਕ ਹੈ ਮਾਤਾ ਫਿਰ ਤੁਸੀਂ ਉਹਨੇ ਜਾਣਾ ਸੀ ਚਲੇ ਗਏ ਕੋਈ ਗੱਲ ਨਹੀਂ ਸਾਫ ਗੱਲ ਤਾਂ ਆਪ ਵੀ ਗੱਲ ਨਾ ਜਾਣਾ ਤਾਂ ਉਹਨੇ ਚਲੀ ਗਈ ਕੋਈ ਗੱਲ ਨਹੀਂ ਪਰ ਇੱਕ ਅੱਖਰ ਜਿਹੜਾ ਰੋਜ਼ ਮੈਨੂੰ ਕਹਿੰਦੀ ਸੀ ਉਹ ਮੇਰੇ ਕੰਨਾਂ 'ਚ ਗੂੰਜਦਾ ਹੈ ਔਰ ਮੇਰਾ ਹਿਰਦਾ ਕਹਿੰਦਾ ਉਹ ਅੱਖਰ ਹੁਣ ਮੈਨੂੰ ਕੋਈ ਨਹੀਂ ਕਹਿ ਰਿਹਾ ਉਹ ਕਿਹੜਾ ਸੀ ਕਹਿੰਦਾ ਜਦੋਂ ਮੈਂ ਦਰਬਾਰ ਦੇ ਰਾਜਭਾਗ ਦੇ ਕੰਮਾਂ ਤੋਂ ਥੱਕਿਆ ਹੋਇਆ ਸ਼ਾਮ ਨੂੰ ਜਦੋਂ ਮੈਂ ਡਿਊਟੀ ਦੇ ਵਿੱਚ ਫਿਰਦਾ ਸੀ ਅਤੇ ਡਿਊਟੀ ਦੇ ਲਾਗੇ ਵਿੱਚ ਦਰਵਾਜ਼ੇ 'ਚੋਂ ਆਵਾਜ਼ ਆਉਂਦੀ ਸੀ ਅੱਕੂ ਪੁੱਤਰ ਤੂੰ ਆ ਗਿਆ ਕਹਿੰਦਾ ਅੱਕੂ ਕਹਿਣ ਵਾਲੀ ਨਹੀਂ ਰਹੀ ਮੈਨੂੰ ਬਾਦਸ਼ਾਹ ਦਾ ਬਾਦਸ਼ਾਹ ਤਾਂ ਸਾਰੇ ਕਹਿਣਗੇ ਰਾਜਾ ਦਾ ਰਾਜਾ ਤਾਂ ਮੈਨੂੰ ਸਾਰੇ ਕਹਿਣਗੇ ਪਰ ਅੱਕੂ ਕਹਿਣ ਵਾਲੀ ਜਿਹੜੀ ਆਵਾਜ਼ ਬੰਦ ਮਾਂ ਦੀ ਆਵਾਜ਼ ਵਿੱਚ ਅੱਕੂ ਕਹਿਣ ਇੰਨਾ ਆਨੰਦ ਔਰ ਇੰਨਾ ਜੋਸ਼ ਇੰਨਾ ਪਿਆਰ ਹੋਰ ਕਿਸੇ ਦੀ ਜਵਾਨ ਤੋਂ ਨਹੀਂ ਮਿਲ ਸਕਦੀ ਮਾਂ ਦੀ ਸੇਵਾ ਤਾਂ ਮੈਂ ਕਰਨ ਚਾਹੀਦੀ ਪਰ ਪੱਥਰੀ ਨੇ ਰਾਜਾ ਗੋਪੀ ਚੰਦ ਮਾਂ ਕਹਿੰਦਾ ਮਾਂ ਦੱਸ ਕੀ ਹੋਇਆ ਕਿਉਂ ਰੋ ਰਹੀ ਹੈ ਕਹਿ ਰਹੀ ਪੁੱਤਰ ਮੈਂ ਤੈਨੂੰ ਜਦੋਂ ਤੂੰ ਨਹਾਉਣ ਲੱਗਿਆ ਮੈਂ ਤੈਨੂੰ ਦੇਖਿਆ ਮੇਰਾ ਮਨ ਬੜਾ ਖੁਸ਼ ਹੈ ਮੇਰਾ ਪੁੱਤਰ ਜਵਾਨ ਹੈ ਸੁੰਦਰ ਹੈ ਸੋਹਣਾ ਬਹਾਦਰ ਹੈ ਪਰ ਦੂਜੇ ਪਲ ਮੈਨੂੰ ਤੇਰੇ ਪਿਤਾ ਦੀ ਯਾਦ ਆ ਆ ਫਿਰ ਕੀ ਹੋਇਆ ਕਹਿ ਲਗੀ ਤੇਰਾ ਪਿਤਾ ਤੇਰੇ ਨਾਲ ਵੀ ਸੁੰਦਰ ਸੀ ਜਵਾਨ ਸੀ ਬਹਾਦਰ ਸੀ ਦਾਨੀ ਸੀ ਦਯਾਵਾਨ ਸੀ ਸਾਰੇ ਗੁਣ ਸੀ ਉਹ ਬੜਾ ਅੱਛਾ ਰਾਜਾ ਸੀ ਫਿਰ ਕਹਿੰਦੇ ਦੇਖਦਾ ਬੈਠਿਆ ਕਾਲ ਭਗਵਾਨ ਇੱਕ ਥਪੇੜਾ ਮਾਰਿਆ ਸਦਾ ਲਈ ਸੰਸਾਰ 'ਚ ਅਲੋਪ ਹੋ ਗਿਆ ਮਾਂ ਮੇਰੇ ਲਈ ਕੀ ਹੁਕਮ ਹੈ ਕਹਿ ਲਗੀ ਪੁੱਤਰ ਜਿੱਦਾਂ ਰੋਦੀ ਮਾਂ ਨੂੰ ਕਿਹਾ ਸੀ ਨਾ ਅਤੇ ਪੁੱਤਰ ਪਰਮੇਸ਼ਰ ਆਰਾਧੀ ਹੈ ਜਿੰਦੂ ਹੋਈ ਹੈ ਭਗਤ ਪਨੀਤਾ ਮਾਂ ਕਹਿਣਗੇ ਪੁੱਤਰ ਪਰਮੇਸ਼ਰ ਦੀ ਬੰਦਗੀ ਕਰ ਬੰਦਗੀ ਕਰਨ ਵਾਲੇ ਕਦੇ ਨਹੀਂ ਮਰਦੇ ਬਾਕੀ ਸੰਸਾਰ ਤੋਂ ਸਾਰੇ ਜਾਂਦੇ ਅੱਛਾ ਜਦੋਂ ਪੁੱਤਰ ਤਿਆਰ ਹੋਇਆ ਨਾ ਕਰਦੇ ਮਾਂ ਕਹਿਣਗੇ ਨਹੀਂ ਰਾਜ ਭਾਗ ਵੀ ਕਰ ਪਰਮੇਸ਼ਰ ਦਾ ਨਾਮ ਵੀ ਚਿੰਤਨ ਕਰ ਗਰਮੀ ਬਹੁਤ ਹੈ ਸਮਾਂ ਕਾਫੀ ਹੋ ਗਿਆ ਮਾਤਾ ਨੂੰ ਕੋਲ ਚਲੋ ਕਿਸੇ ਨਾਲ ਕੋਈ ਤਿਉਹਾਰ ਕਿਸ ਤਰ੍ਹਾਂ ਦਾ ਹੁੰਦਾ ਪਰ ਮੈਂ ਬਚਪਨ ਮੈਂ ਕੋਲ ਹੀ ਗੁਜ਼ਾਰਿਆ ਬਚਪਨ ਵਿੱਚ